ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪਠਾਨਕੋਟ ਵਿਖੇ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ SIT ਅੱਗੇ ਪੇਸ਼ ਹੋਣ ਬਾਰੇ ਬੋਲਦਿਆਂ ਕਿਹਾ ਕਿ ਇਹ ਸਭ ਕੁਝ ਬਾਦਲਾਂ ਦੀਆਂ ਗਲਤੀਆਂ ਦਾ ਨਤੀਜਾ ਹੈ। ਉਹਨਾਂ ਕਿਹਾ ਕਿ SIT ਵੱਲੋਂ ਜਲਦ ਹੀ ਬਹਿਬਲ ਕਲਾ ਦੇ ਦੋਸ਼ੀਆਂ ਦੇ ਨਾਮ ਲੱਭ ਕੇ ਅਸਲ ਸੱਚ ਸਭ ਦੇ ਸਾਹਮਣੇ ਲੈ ਕੇ ਆਵੇਗੀ। ਮੇਰਾ ਕਹਿਣਾ ਹੈ ਵੀ ਆਹ ਨੌਬਤ ਹੀ ਕਿਉਂ ਆਈ ਵੀ ਐਡੇ ਸੀਨੀਅਰ ਲੀਡਰ, ਦੇਖੋ ਕੋਈ ਸਾਡੇ ਰਾਜਨੀਤਿਕ ਵਿਰੋਧ ਹੈਗੇ ਅਕਾਲੀਆਂ ਨਾਲ, ਬਾਦਲ ਸਾਹਿਬ ਨਾਲ ਸਾਡੇ ਰਾਜਨੀਤਿਕ ਵਿਰੋਧ ਹੈ, ਪਰ ਇਸ ਗੱਲ ਨੂੰ ਕੋਈ ਨਹੀਂ ਝੁਟਲਾ ਸਕਦਾ ਵੀ ਬਾਦਲ ਸਾਹਿਬ 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ। 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਏ ਸ਼ਖਸ ਨੂੰ ਪੁਲਿਸ ਦੇ ਸਾਹਮਣੇ ਜਾ ਕੇ ਬਿਆਨ ਦਰਜ ਕਰਾਉਣੇ ਪੈਣ, ਸੁਖਬੀਰ ਬਾਦਲ ਮਹਿਸੂਸ ਕਰੇ ਨਾ ਕਰੇ, ਬਾਦਲ ਸਾਹਿਬ ਮਹਿਸੂਸ ਕਰਨ ਨਾ ਕਰਨ, ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਮੈਂ ਮਹਿਸੂਸ ਕਰਦਾ ਵੀ ਆਹ ਕਾਰਨ ਕਿਉਂ ਬਣੇ। ਆਹ ਕਾਰਨ ਇਸ ਕਰਕੇ ਬਣੇ ਵੀ ਸੁਖਬੀਰ ਬਾਦਲ ਦਾ ਜਿਹੜਾ ਅਹੰਕਾਰ ਹੈ, ਅਦਰਵਾਈਜ਼ ਬਾਦਲ ਸਾਹਿਬ ਨੇ ਜਿਹੜੀ ਗੱਲ ਰੱਖਣੀ ਸੀ ਅੱਜ ADGP ਜਾਂ ਕੁੰਵਰ ਵਿਜੇ ਪ੍ਰਤਾਪ ਦੇ ਸਾਹਮਣੇ ਰੱਖਣ ਦੀ ਨੌਤ, ਉਹਨਾਂ ਨੂੰ ਤਾਂ ਚਾਹੀਦਾ ਸੀ ਵਿਧਾਨ ਸਭਾ ਦੇ ਫਲੋਰ 'ਤੇ ਜਾ ਕੇ ਜਵਾਬ ਦਿੰਦੇ। ਜੇ ਉਹਨਾਂ ਨੇ ਉਦਣ ਅਹੰਕਾਰ ਨਾ ਦਿਖਾਇਆ ਹੁੰਦਾ, ਜੇ ਉਹ ਦਿਨ ਰਿਪੋਰਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਪਾੜ ਕੇ ਸਿੱਟ ਰਹੇ ਸੀਗੇ, 5 ਰੁਪਈਆਂ 'ਚ ਰੱਦੀ 'ਚ ਵੇਚ ਰਹੇ ਸੀਗੇ ਸੁਖਬੀਰ ਬਾਦਲ ਅਤੇ ਇਹਨਾਂ ਦੇ ਸਾਰੇ ਸਾਥੀ, ਅੱਜ ਉਸੇ ਇਸ ਰਿਪੋਰਟ ਦੇ ਤਹਿਤ ਬਣੀ ਹੋਈ SIT ਦੇ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਾਉਣਾ, ਤਾਂ ਮੈਂ ਸਮਝਦਾ ਵੀ ਆਪਣੀ ਪਹਿਲਾਂ ਵੀ ਆ ਜੋ ਕੁਛ ਹੋ ਰਿਹਾ ਆਪਣੀ ਗਲਤੀਆਂ ਦਾ ਖਾਮਿਆਜ਼ਾ ਭੁਗਤ ਰਹੇ ਹੈ। ਜੋ ਇਹਨਾਂ ਨੇ ਕੰਮ ਕੀਤੇ ਹੈ ਜਿਹਦੇ ਚੱਲਦੇ ਹੋਏ ਨਾ ਸਿਰਫ ਧਰਮ ਦਾ ਕਾਣ ਕੀਤਾ, ਇਹਨਾਂ ਨੇ ਸਿੱਖੀ ਦਾ ਕਾਣ ਕੀਤਾ, ਨਿਰਦੋਸ਼ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੇ ਆਦੇਸ਼ ਜਿਹੜੇ ਦਿੱਤੇ ਹੈ, ਉਹਨਾਂ ਦਾ ਖਾਮਿਆਜ਼ਾ ਬਾਦਲ ਸਾਹਿਬ ਭੁਗਤ ਰਹੇ, ਚਾਹੇ ਬਾਦਲ ਸਾਹਿਬ ਕੁਛ ਹੀ ਕਹਿੰਦੇ ਰਹਿਣ। ਬਟ ਆਹ ਇੱਕ ਬੜਾ ਸ਼ਰਮਨਾਕ ਦਿਨ ਹੈ ਵੀ ਵਿਧਾਨ ਸਭਾ 'ਚ ਬੋਲਣ ਦਾ ਮੌਕਾ ਛੱਡ ਕੇ ਅਤੇ ਉਹਨਾਂ ਨੇ ਆਹ ਚੂਜ਼ ਕੀਤਾ ਉਹਨਾਂ ਲੋਕਾਂ ਦੇ ਕਹਿਣ ਨਾਲ ਵੀ ਅੱਜ ਜਾ ਕੇ ਪੁਲਿਸ ਦੇ ਸਾਹਮਣੇ ਬਿਆਨ ਦਰਜ ਕਰਾਇਆ। ਜਿਹੜੀ ਸਿੱਟ ਦੇ ਵਿੱਚ IG ਕੁੰਵਰ ਸਾਹਿਬ ਨੂੰ ਚੇਂਜ ਕੀਤਾ ਜਾਵੇ, ਇਹਦੇ ਉੱਤੇ ਕੀ ਲੈਟਰ ਲਿਖਿਆ? ਲੈਟਰ ਲਿਖਿਆ ਕੈਪਟਨ ਸਾਹਿਬ। ਦੇਖੋ ਇੱਕ ਬੜਾ ਅਜੀਬ ਜਿਹਾ ਰਿਵਾਜ ਚਾਲੂ ਹੋ ਗਿਆ, ਮੈਂ ਆਹ ਪਿਛਲੇ 4 ਸਾਲਾਂ 'ਚ ਮੈਂ ਦੇਖ ਰਿਹਾ। ਪਹਿਲਾਂ ਆਹ ਪਠਾਨਕੋਟ ਬੈਠੇ ਇਸ ਕੰਟੈਕਸਟ 'ਚ ਮੈਂ ਕਹਿਣਾ ਚਾਹੁੰਦਾ ਵੀ ਪਠਾਨਕੋਟ ਦੇ ਅੰਦਰ ਸਾਡੇ ਏਅਰਬੇਸ ਦੇ ਉੱਤੇ ਅਟੈਕ ਹੋਇਆ ਅਤੇ ਮੋਦੀ ਸਾਹਿਬ ਦੀ ਜਾਂ BJP ਦੀ ਅਤੇ ਇਹਨਾਂ ਦੇ ਭਾਈਵਾਲਾਂ ਦੀ ਸੋਚ ਹੈ ਵੀ ISI ਨੂੰ ਬੁਲਾ ਕੇ ਮੌਕਾ ਦਿਖਾ ਰਹੇ ਹੈ, ਉਹ ਆ ਕੇ ਮੁਆਇਨਾ ਕਰ ਰਿਹਾ ਵੀ ਅਸੀਂ ਮੁਆਇਨਾ ਕਰਕੇ ਦੱਸਾਂਗੇ ਵੀ ਅਸੀਂ ਆਤੰਕੀ ਭੇਜੇ ਹੈ ਨਹੀਂ ਭੇਜੇ, ਕਦੇ ਚੋਰ ਨੂੰ ਬੁਲਾ ਕੇ ਵਾਕਿਆ ਦਿਖਾਇਆ ਵੀ ਤੁਸੀਂ ਚੋਰੀ ਕੀਤੀ ਹੈ ਕਿ ਨਹੀਂ ਕੀਤੀ, ਆਹ ਤਾਂ ਉੱਥੇ। ਹੁਣ ਆਹ ਦੂਜਾ ਵਾਕਿਆ ਹੋ ਰਿਹਾ ਵੀ ਬਾਦਲ ਸਾਹਿਬ ਜਿਹਨਾਂ 'ਤੇ ਇਲਜ਼ਾਮ, ਉਹ ਕਹਿ ਰਹੇ ਵੀ ਮੈਂ ਚੂਜ਼ ਕਰੂੰਗਾ ਵੀ ਮੇਰਾ ਇਨਵੈਸਟੀਗੇਸ਼ਨ ਅਫਸਰ ਕੌਣ ਹੋਊਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਔਰ ਪ੍ਰਮੋਦ ਕੁਮਾਰ ਦੇ ਆਰ ਆਲ ਆਊਟਸਟੈਂਡਿੰਗ ਆਫਿਸਰਸ, ਸੱਚਾਈ ਸਾਹਮਣੇ ਆਊਗੀ, ਇਹਨਾਂ ਗੱਲਾਂ 'ਚ ਹੁਣ ਭੱਜ ਨਹੀਂ ਸਕਦੇ ਅਕਾਲੀ। ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਨੂੰ ਲੈ ਕੇ ਪੁੱਛੇ ਗਏ ਸਵਾਲ ਪਰਾਲੀ ਦੇ ਮੁੱਦੇ ਤੇ ਸੁਨੀਲ ਜਾਖੜ ਕਿਸਾਨਾਂ ਦੇ ਹੱਕ 'ਚ ਨਿਤਰ ਆਏ ਹਨ। ਇਸ ਸੰਬੰਧੀ ਬੋਲਦਿਆਂ ਜਾਖੜ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ ਹੈ, ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਵੀ ਘੇਰਿਆ ਹੈ। ਜ਼ਿਕਰਯੋਗ ਹੈ ਕਿ ਕੌਮੀ ਗ੍ਰੀਨ ਟ੍ਰਿਬਿਊਨਲ ਨੇ ਪਰਾਲੀ ਸਾੜੇ ਜਾਣ 'ਤੇ ਸਖ਼ਤ ਹੁਕਮ ਸੁਣਾਉਂਦਿਆਂ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੀਆਂ ਮੁਫ਼ਤ ਬਿਜਲੀ ਸਹੂਲਤਾਂ ਨੂੰ ਖਤਮ ਕੀਤਾ ਜਾਵੇ। ਇਸ ਦੇ ਜਾਖੜ ਕਿਸਾਨਾਂ ਦੇ ਹੱਕ 'ਚ ਨਿਤਰ ਆਏ ਹਨ ਅਤੇ ਉਹਨਾਂ ਇਸ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਨੂੰ ਮਦਦ ਲਈ ਅੱਗੇ ਆਉਣ ਲਈ ਕਿਹਾ ਹੈ। ਅਸਲ ਉਹਦੇ ਸਮੱਸਿਆ ਦੇ ਮੁੱਦੇ ਜੜ੍ਹ ਤਾਂ ਹੀ ਨਹੀਂ ਪਹੁੰਚਿਆ ਜਾਊਗਾ, ਉਦੋਂ ਤਾਂ ਨਿਰਸ ਬਿਆਨਬਾਜ਼ੀ ਰਹੂਗੀ, NGT ਦੇ ਕਹਿਣ ਨਾਲ ਨਹੀਂ ਬੰਦ ਹੋਣੀ, ਕੋਰਟ ਦੇ ਆਦੇਸ਼ ਨਾਲ ਨਹੀਂ। ਆ ਜੋ ਕੁਛ ਅੱਜ ਹੋ ਰਿਹਾ ਕੋਰਟ ਦੇ, ਅੱਜ ਵੀ ਆਦੇਸ਼ ਹੈ, ਗਵਰਨਮੈਂਟ ਦੇ ਡਾਇਰੈਕਟਿਵਸ ਹੈ, ਮਜਬੂਰੀ ਹੈ ਕਿਸਾਨ ਦੀ, ਕਿਸਾਨ ਦੀ ਮਜਬੂਰੀ ਹੈ, ਕਿਸਾਨ ਦੀ ਮਜਬੂਰੀ ਦੇ ਉੱਤੇ ਨਮਕ ਛਿੜਕਣ ਵਾਲੀ ਗੱਲ ਇਸ ਤਰ੍ਹਾਂ ਦੀ ਹੋ ਰਹੀ ਹੈ ਵੀ ਉਹਦੀ ਬਿਜਲੀ ਬਿੱਲ ਕੱਟ ਦਿਓ, ਉਹਨੂੰ ਸਜ਼ਾ ਦੇ ਦਿਓ, ਉਹਦੀ ਜਿਹੜੀ ਹੈ ਉਹ ਕੋਈ ਸ਼ੌਕ ਨਾਲ ਨਹੀਂ ਕਰ ਰਿਹਾ, ਉਹ ਮਜਬੂਰੀ 'ਚ ਕਰ ਰਿਹਾ ਕਿਉਂਕਿ ਉਸ ਪਰਾਲੀ ਨੂੰ ਪਾਸੇ ਲਾਉਣ ਵਾਸਤੇ 2000 ਰੁਪਈਏ ਏਕੜ ਦਾ ਖਰਚਾ ਹੈ। ਕੈਪਟਨ ਸਾਹਿਬ, ਮਾਨਯੋਗ ਮੁੱਖ ਮੰਤਰੀ ਸਾਹਿਬ, ਮੋਦੀ ਸਾਹਿਬ ਨੂੰ, ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲ ਕੇ ਰਿਕੁਐਸਟ ਕੀਤੀ ਸੀ ਵੀ ਅਸੀਂ ਪਰਾਲੀ ਵਾਲੀ ਜਿਹੜੀ ਸਮੱਸਿਆ ਸਾੜਨ ਦੀ, ਅਸੀਂ ਵੀ ਉਹਦੇ ਨਾਲ ਪ੍ਰਭਾਵਿਤ ਹਾਂ, ਸਾਡੇ ਜ਼ਿਮੀਂਦਾਰਾਂ ਦੇ ਬੱਚੇ ਵੀ ਪ੍ਰਭਾਵਿਤ ਹੈ, ਦਿੱਲੀ ਵੀ ਪ੍ਰਭਾਵਿਤ ਹੈ, ਅਤੇ ਸਾਨੂੰ ਤੁਸੀਂ 2000 ਰੁਪਈਆ ਦਿਓ, ਕਿਸੇ ਮਿਸ਼ਨ ਦੇ ਤਹਿਤ ਦੇ ਦਿਓ, ਗ੍ਰੀਨ ਭਾਰਤ ਦੇ ਤਹਿਤ ਦੇ ਦਿਓ, ਸਵੱਛਤਾ ਮਿਸ਼ਨ ਦੇ ਤਹਿਤ ਦੇ ਦਿਓ, ਸਾਨੂੰ 2000 ਰੁਪਈਆ ਪਰ ਏਕੜ ਦਿਓ, ਸਵੇਰੇ ਸਮੱਸਿਆ ਦਾ ਹੱਲ ਹੋ ਜਾਊਗਾ। ਤੁਸੀਂ ਆਪਣਾ ਰੈਜ਼ੀਡੈਂਸ ਬਣਾਓਗੇ, ਇਹ ਖਬਰ ਸੁਣਨ ਨੂੰ ਮਿਲੀ ਸੀ ਤੁਹਾਡਾ ਕੀ ਕਹਿੰਦੇ? ਸਾਹਿਬ ਮੈਂ, ਮੇਰਾ ਰੈਜ਼ੀਡੈਂਸ ਮੈਂ ਪਹਿਲੇ ਦਿਨ ਕਿਹਾ ਸੀ ਵੀ ਮੇਰਾ ਪਹਿਲੀ ਪ੍ਰੈਫਰੈਂਸ ਤਾਂ ਲੋਕਾਂ ਦੇ ਦਿਲਾਂ 'ਚ ਮੇਰਾ ਘਰ ਬਣੇ,
ਵੀ ਮੇਰਾ ਕਿਤੇ ਨਾ ਕਿਤੇ ਲੁੱਕ ਮੈਨੂੰ ਆਪਣਾ ਸਮਝ ਕੇ ਤੇ ਮੇਰਾ ਪਿਆਰ ਦੇਣ, ਜਿਹੜਾ ਵੀ ਰੈਜ਼ੀਡੈਂਸ ਮੇਰਾ ਜਿੱਥੇ ਹੋਊਗਾ ਤੁਹਾਨੂੰ ਉਹਦਾ ਪਤਾ ਲੱਗ ਜਾਊਗਾ। ਦੇਖੋ ਤੁਹਾਡੇ ਕੋਲ ਸਾਰੀ ਗੱਲਾਂ ਸਾਹਮਣੇ ਆ ਜਾਣਗੀਆਂ, ਲੈਟਸ ਬੀ ਪੇਸ਼ੈਂਟ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ, ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।